ਦੇਸ਼ ਪਾਰ ਵਿੱਚ ਇੱਕ ਰਾਸ਼ਟਰੀ ਆਂਗਣਵੜੀ ਪ੍ਰੋਗਰਾਮ ਤਹਿਤ 57 ਹਜ਼ਾਰ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਰਜਿਸਟ੍ਰੇਸ਼ਨ ਕਰਵਾਈਏ। ਇਸ ਪ੍ਰੋਗਰਾਮ ਹੇਠ ਜੇਕਰ ਲੋਕੀਂ ਕ੍ਰਾਸ਼ ਤੋਂ ਦੂਜੇ ਰਾਜ ਵਿੱਚ ਰਹਿਣ ਲਈ ਜਾਂਦੇ ਨੇ ਤਾਂ ਉਹ ਇਸ ਦਾ ਫਾਇਦਾ ਚੁੱਕ ਸਕਣਗੇ। ਆਂਗਣਵੜੀ ਪ੍ਰੋਗਰਾਮ ਦੇ ਲਾਭ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਮਿਲਦੇ ਨੇ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਤਾਲਮੇਲ ਨਾਲ ਮੋਬਾਈਲ ਫੋਨ ਉਪਰੋਸ਼ਨ ਟਰੈਕਰ ਐਪ ਦਾ ਇਸਤੇਮਾਲ ਕਰਕੇ ਇਹ ਸਹੂਲਤ ਹਾਸਲ ਕਰਨਾ ਸੰਭਵ ਹੈ।